ਅੱਤ ਦੀ ਗਰਮੀ ਨੇ ਮਚਾਇਆ ਕਹਿਰ, ਲੋਕਾਂ ਦੀ ਰਾਤਾਂ ਦੀ ਨੀਂਦ ਵੀ ਕੀਤੀ ਹਰਾਮ। ਜਾਣੋ ਕਿੱਦਾਂ ਰੱਖ ਸਕਦੇ ਹੋ ਇਸ ਮੌਸਮ ਦੇ ਵਿੱਚ ਤੁਸੀਂ ਆਪਣਾ ਧਿਆਨ। ਸਤਿ ਸ਼੍ਰੀ ਅਕਾਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਕਰੀਏ ਗਰਮੀ ਦੀ ਤਾਂ ਗਰਮੀ ਨੇ ਅੱਤ ਕਰ ਦਿੱਤੀ ਹੈ, ਗਰਮੀ ਨੇ ਕਹਿਰ ਮਚਾ ਦਿੱਤਾ। ਪਰ ਜੇ ਗੱਲ ਕਰੀਏ ਇਸ ਵਾਰ ਤਾਂ ਇਸ ਵਾਰ ਗਰਮੀ ਮਈ ਦੇ ਮਹੀਨੇ ਵਿੱਚ ਹੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਕਈ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਕਿ ਆਖਰ ਕਿੰਨਾ ਟੈਂਪਰੇਚਰ ਹੈ ਅਤੇ ਕਦੋਂ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ, ਅਤੇ ਇਸ ਦੇ ਨਾਲ ਇਹ ਵੀ ਦੱਸਾਂਗੇ ਕਿ ਆਖਰ ਕਦੋਂ ਤੱਕ ਗਰਮੀ ਇੰਨੀ ਜ਼ਿਆਦਾ ਪੈਣ ਵਾਲੀ ਹੈ ਅਤੇ ਮੌਸਮ ਕਿੱਦਾਂ ਦਾ ਰਹਿਣ ਵਾਲਾ ਹੈ ਅਤੇ ਇਸ ਮੌਸਮ ਦੇ ਵਿੱਚ ਤੁਸੀਂ ਆਪਣਾ ਧਿਆਨ ਕਿੱਦਾਂ ਰੱਖਣਾ। ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਯਾਨੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਵੱਖ ਵੱਖ ਥਾਵਾਂ ਤੇ ਤਾਪਮਾਨ ਵੀ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ IMD ਵੱਲੋਂ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਅਗਲੇ 5 ਦਿਨਾਂ ਤੱਕ ਉੱਤਰ ਪੱਛਮੀ ਭਾਰਤ ਵਿੱਚ ਭਿਆਨਕ ਗਰਮੀ ਦਾ ਕਹਿਰ ਰਹੇਗਾ, ਜਿਸ ਦਾ ਪ੍ਰਭਾਵ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਪੰਜਾਬ, ਪੱਛਮੀ ਰਾਜਸਥਾਨ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਿਹਤ ਦੇ ਮਾਮਲੇ ਵਿੱਚ ਕਮਜ਼ੋਰ ਲੋਕਾਂ ਲਈ ਬਹੁਤ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਦਾ ਵੀ ਮੌਸਮ ਵਿਭਾਗ ਵੱਲੋਂ ਰੈਕਮੈਂਡ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ IMD ਨੇ ਆਪਣੇ 7 ਦਿਨਾਂ ਦੀ ਭਵਿੱਖਬਾਣੀ ਵਿੱਚ ਗਰਮੀ ਦੀ ਲਹਿਰ ਦਾ ਜ਼ਿਕਰ ਕੀਤਾ ਹੈ ਅਤੇ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕੁਝ ਲੋਕਾਂ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਤ ਦੀ ਗਰਮੀ 'ਚ ਹਰ ਉਮਰ ਦੇ ਲੋਕ, ਖਾਸ ਤੌਰ 'ਤੇ ਬੱਚੇ, ਬਜ਼ੁਰਗ ਅਤੇ ਭਿਆਨਕ ਬਿਮਾਰੀਆਂ ਵਾਲੇ ਕਮਜ਼ੋਰ ਵਿਅਕਤੀਆਂ ਲਈ ਸਿਹਤ ਪੱਖੋਂ ਚਿੰਤਾ ਵਾਲੀ ਗੱਲ ਹੋ ਸਕਦੀ ਹੈ। ਅਤੇ ਸਿਰਫ ਇੰਨਾ ਹੀ ਨਹੀਂ, ਹੁਣ ਗਰਮੀ ਦੇ ਨਾਲ ਨਾਲ ਇੰਨਾ ਕੁ ਬੁਰਾ ਹਾਲ ਹੋ ਗਿਆ ਕਿ ਤਾਂ ਦਿਨ ਦੇ ਸਮੇਂ 'ਤੇ ਜ਼ਿਆਦਾ ਗਰਮੀ ਹੁੰਦੀ ਸੀ ਪਰ ਹੁਣ ਰਾਤ ਦੇ ਸਮੇਂ 'ਤੇ ਵੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਲੋਕਾਂ ਦੀ ਰਾਤਾਂ ਦੀ ਨੀਂਦ ਵੀ ਹਰਾਮ ਹੋ ਚੁੱਕੀ ਹੈ, ਹੁਣ ਦਿਨ ਤੋਂ ਬਾਅਦ ਰਾਤ ਨੂੰ ਵੀ ਤਪਸ਼ ਤੋਂ ਰਾਹਤ ਨਹੀਂ ਮਿਲ ਰਹੀ। ਮੰਗਲਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ 31 ਡਿਗਰੀ ਰਿਕਾਰਡ ਕੀਤਾ ਗਿਆ। ਪਿਛਲੇ 14 ਦਿਨਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਕਿ ਮਈ ਦੇ ਮਹੀਨੇ ਵਿੱਚ ਰਾਤ ਵੇਲੇ ਪਾਰਾ 31 ਡਿਗਰੀ ਤੋਂ ਪਾਰ ਕਰ ਗਿਆ ਹੋਵੇ। ਦਿਨ ਦੇ ਤਾਪਮਾਨ ਲਗਾਤਾਰ 40 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ, ਜਿਸ ਨੂੰ ਦੇਖਦਿਆਂ ਹੀ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿ ਮਈ ਦੇ ਮਹੀਨੇ ਵਿੱਚ ਜੇਕਰ ਇੰਨੀ ਗਰਮੀ ਹੈ ਤਾਂ ਜੂਨ ਦੇ ਆਖਿਰ ਤੱਕ ਕੀ ਹਾਲ ਹੋਣ ਵਾਲਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ AK ਸਿੰਘ ਦਾ ਇਹ ਵੀ ਕਹਿਣਾ ਰਿਹਾ ਕਿ ਜਦੋਂ ਘੱਟੋ ਘੱਟ ਤਾਪਮਾਨ ਆਪਣੇ ਆਪ ਤਾਪਮਾਨ ਤੋਂ 4 ਡਿਗਰੀ ਵੱਧ ਜਾਂਦਾ ਹੈ ਤਾਂ ਉਸਨੂੰ ਗਰਮ ਰਾਤ ਮੰਨਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਰਾਤ ਸਮੇਂ ਵੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਕਿਉਂਕਿ ਰਾਤ ਦਾ ਤਾਪਮਾਨ ਵੀ ਅਜਿਹਾ ਹੀ ਰਹੇਗਾ। ਹੁਣ ਤਾਪਮਾਨ ਹਰ ਰੋਜ਼ ਨਵਾਂ ਰਿਕਾਰਡ ਬਣਾ ਰਿਹਾ ਹੈ। ਪਿਛਲੇ ਦਿਨੀ 12 ਸਾਲਾਂ ਬਾਅਦ ਪਹਿਲੀ ਵਾਰ ਮਈ ਮਹੀਨੇ ਵਿੱਚ ਤਾਪਮਾਨ 44 ਡਿਗਰੀ ਨੂੰ ਛੂਹਿਆ ਅਤੇ ਹੁਣ 2022 ਤੋਂ ਬਾਅਦ ਮਈ 'ਚ ਘੱਟ ਤੋਂ ਘੱਟ ਤਾਪਮਾਨ ਇੰਨਾ ਜ਼ਿਆਦਾ ਦਰਜ ਕੀਤਾ ਗਿਆ। ਸੋ ਜੇਕਰ ਤੁਸੀਂ ਵੀ ਗਰਮੀ ਦੇ ਮੌਸਮ ਦੇ ਵਿੱਚ ਪਰੇਸ਼ਾਨ ਹੋ ਤਾਂ ਕਿਹੜੀਆਂ ਟਿਪਸ ਨੂੰ ਫੋਲੋ ਕਰਨਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਤਾਂ ਸਭ ਤੋਂ ਪਹਿਲਾਂ ਸਿਹਤ ਦਾ ਧਿਆਨ ਰੱਖਣ ਦੇ ਲਈ ਤੁਸੀਂ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਚੀਜ਼ ਦਾ ਖਾਸ ਤੌਰ 'ਤੇ ਧਿਆਨ ਰੱਖੋ ਕਿ ਕੱਪੜਾ ਇੱਕ ਆਪਣੇ ਨਾਲ ਜ਼ਰੂਰ ਰੱਖੋ ਤਾਂ ਕਿ ਉਸਨੂੰ ਆਪਣੇ ਸਿਰ, ਗਰਦਨ ਅਤੇ ਕੰਨ ਦੇ ਢੱਕਣ ਦੇ ਲਈ ਤੁਸੀਂ ਇਸਤੇਮਾਲ ਕਰ ਸਕੋ। ਅਤੇ ਪਾਣੀ ਦੀ ਬਿਮਾਰੀਆਂ ਦਾ ਇਲਾਜ ਵੀ ਹੈ। ਲੂ ਤੋਂ ਬਚਣ ਲਈ ਦਿਨ ਵਿੱਚ ਕਈ ਵਾਰ ਪਾਣੀ, ਸਪੈਸ਼ਲੀ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰੋ ਜਾਂ ਫਿਰ ਪਾਣੀ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਜ਼ਰੂਰ ਵਧਾ ਦਵੋ। ਇਸ ਨਾਲ ਸਰੀਰ ਇੱਕ ਤਾਂ ਹਾਈਡਰੇਟਿਡ ਰਹੇਗਾ ਅਤੇ ਪਾਣੀ ਦੀ ਕਮੀ ਜਿਹੜੀ ਹੈ ਉਹ ਦੂਰ ਹੋਏਗੀ। ਇਸ ਮੌਸਮ ਦੇ ਵਿੱਚ ਮਸਾਲੇ ਵਾਲੇ ਖਾਣੇ ਨੂੰ ਅਵੋਇਡ ਕਰੋ, ਇਸ ਨਾਲ ਸਰੀਰ ਦਾ ਤਾਪਮਾਨ ਵੱਧਦਾ ਹੈ। ਅਜਿਹਾ ਖਾਣਾ ਖਾਓ ਜਿਸ ਜੋ ਕਿ ਆਸਾਨੀ ਦੇ ਨਾਲ ਤੁਹਾਨੂੰ ਪਚ ਸਕੇ। ਲੰਬੇ ਸਮੇਂ ਤੱਕ ਖਾਲੀ ਪੇਟ ਨਾ ਰਹੋ ਯਾਨੀ ਭੁੱਖੇ ਨਾ ਰਹੋ ਲੰਬੇ ਸਮੇਂ ਤੱਕ, ਕੁਝ ਨਾ ਕੁਝ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਖਾਂਦੇ ਰਹੋ ਅਤੇ ਪਾਣੀ ਦੀ ਮਾਤਰਾ ਨੂੰ ਵਧਾਉਂਦੇ ਰਹੋ। ਇਸ ਮੌਸਮ ਵਿੱਚ ਖਰਬੂਜਾ, ਤਰਬੂਜ਼, ਅੰਗੂਰ, ਖੀਰਾ ਇੱਦਾਂ ਦੇ ਫਲਾਂ ਦਾ ਸੇਵਨ ਕਰੋ ਜਿਨ੍ਹਾਂ ਦੇ ਵਿੱਚ
ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਲੂ ਨਾ ਲੱਗ ਸਕੇ। ਗਰਮੀ ਦਾ ਮੌਸਮ ਵਿੱਚ ਅਜਿਹੇ ਕੱਪੜੇ ਪਹਿਨੋ ਜੋ ਆਸਾਨੀ ਨਾਲ ਤੁਹਾਨੂੰ ਤੁਹਾਡੇ ਗਰਮੀ ਨੂੰ ਸੋਖ ਲੈਣ, ਨਹੀਂ ਤਾਂ ਸੂਤੀ ਕੱਪੜੇ ਤੁਸੀਂ ਪਾ ਸਕਦੇ ਹੋ ਜਿਸ ਦੇ ਚਲਦਿਆਂ ਤੁਹਾਨੂੰ ਗਰਮੀ ਘੱਟ ਲੱਗੇਗੀ ਤੇ ਸਰੀਰ ਠੰਡਾ ਰਹੇਗਾ। ਜੇਕਰ ਲੂ ਲੱਗਣ ਨਾਲ ਤੇਜ਼ ਬੁਖਾਰ ਹੋ ਰਿਹਾ ਤਾਂ ਠੰਡੇ ਗਿੱਲੇ ਕੱਪੜੇ ਨਾਲ ਸਰੀਰ ਨੂੰ ਸਾਫ਼ ਰੱਖੋ, ਰੋਗੀ ਨੂੰ ਠੰਡੀ ਖੁੱਲ੍ਹੀ ਹਵਾ ਦੇ ਵਿੱਚ ਆਰਾਮ ਕਰਵਾਓ। ਤੇ ਜੇਕਰ ਪਿਆਸ ਬਾਰ-ਬਾਰ ਲੱਗ ਰਹੀ ਹੈ ਤਾਂ ਨਿੰਬੂ ਦੇ ਰਸ 'ਚ ਮਿੱਟੀ ਦੇ ਘੜੇ ਜਾਂ ਫਿਰ ਸੁਰਾਹੀ ਦੇ ਪਾਣੀ ਦਾ ਸੇਵਨ ਕਰੋ। ਤੇ ਨਿੰਬੂ ਦੇ ਰਸ ਦਾ ਜ਼ਰੂਰ ਸੇਵਨ ਕਰੋ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਇਹੀ ਹਾਈਡਰੇਟ ਰੱਖਣ ਵਾਲਾ, ਨਾ ਕਿ ਤੁਸੀਂ ਬਾਹਰ ਵਾਲੇ ਕੁਝ ਡਰਿੰਕਸ ਨੂੰ ਯੂਜ਼ ਕਰੋ ਜਿਸ ਦੇ ਨਾਲ ਤੁਹਾਡੀ ਸਿਹਤ 'ਤੇ ਵੀ ਖਿਲਵਾੜ ਪਵੇ। ਤੇ ਇਸ ਲਈ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਆਪਣਾ ਧਿਆਨ ਰੱਖਣਾ ਤਾਂ ਇਹਨਾਂ ਟਿਪਸ ਨੂੰ ਜ਼ਰੂਰ ਫੋਲੋ ਕਰਿਓ ਤੇ ਹੋਰ ਅਪਡੇਟਸ ਵੀ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈੱਡਲਾਈਨਸ।